ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਲਜੀਤ ਦੋਸਾਂਝ ਹੁਣ ਸ਼ੇਖਾਂ ਦੇ ਦੇਸ਼ ਵਿੱਚ ਧਮਾਲਾਂ ਪਾਉਣ ਲਈ ਤਿਆਰ ਹਨ। ਵੱਡੇ ਪੱਧਰ ਤੇ ਹੋਣ ਜਾ ਰਿਹਾ ਹੈ ਦਿਲਜੀਤ ਦਾ ਕੰਸਰਟ। ਕੈਨੇਡਾ, ਅਮਰੀਕਾ, ਇੰਗਲੈਂਡ, ਯੂਰੋਪ ਦੀ ਸੁਪਰ ਸਫਲਤਾ ਤੋਂ ਬਾਅਦ ਦਿਲਜੀਤ ਦੋਸਾਂਝ ਹੁਣ ਦੁਬਈ ਵਿੱਚ ਧਮਾਲਾਂ ਪਾਉਣ ਜਾ ਰਹੇ ਹਨ। ਦਿਲ ਲੁਮਿਨਾਟੀ ਟੂਰ ਲੜੀ ਅਧੀਨ ਆਯੋਜਿਤ ਹੋਣ ਜਾ ਰਹੇ ਇਸ ਵੱਡੇ ਕੰਸਰਟ ਦਾ ਆਯੋਜਨ ਇਤਿਹਾਦ ਪਾਰਕ ਆਬੂਧਾਬੀ ਵਿੱਚ ਹੋਵੇਗਾ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕਾਂ ਦੇ ਪਹੁੰਚਣ ਦੀ ਉਮੀਦ ਸ਼ੋਅ ਦੇ ਪ੍ਰਬੰਧਕਾਂ ਵੱਲੋਂ ਜਤਾਈ ਜਾ ਰਹੀ ਹੈ। 9 ਨਵੰਬਰ 2024 ਨੂੰ ਹੋਣ ਜਾ ਰਹੇ ਇਸ ਕੰਸਰਟ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ, ਜਿਹਦੇ ਲਈ ਦਰਸ਼ਕਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਲਈ ਵੱਖ ਵੱਖ ਸੈਟਰਸ ਦਾ ਇੰਤਜ਼ਾਮ ਕੀਤਾ ਗਿਆ ਹੈ, ਤਾਂ ਕਿ ਉਹਨਾਂ ਨੂੰ ਟਿਕਟ ਨਾਲ ਜੁੜੀ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਅਰਬ ਅਮੀਰਾਤ ਦੇ ਹਰ ਪਾਸੇ ਖਿੱਚ ਦਾ ਕੇਂਦਰ ਬਿੰਦੂ ਬਣੇ ਇਸ ਸ਼ੋਅ ਨੂੰ ਲੈ ਕੇ ਦੇਸੀ ਰੌਕ ਸਟਾਰ ਅਤੇ ਸੰਸਾਰ ਭਰ 'ਚ ਨਾਮ ਖੱਟ ਰਹੇ ਦਿਲਜੀਤ ਦੋਸਾਂਝ ਵੀ ਕਾਫ਼ੀ ਉਤਸ਼ਾਹਿਤ ਹਨ। ਦਿਲਜੀਤ ਦੋਸਾਂਝ ਦਾ ਦੁਬਈ ਦੇ ਵਿੱਚ ਇਹ ਪਹਿਲਾ ਸ਼ੋਅ ਹੈ, ਜਿਹਦੇ ਲਈ ਉਹਨਾਂ ਨੂੰ ਦਰਸ਼ਕਾਂ ਦਾ ਪੂਰਾ ਪਿਆਰ ਅਤੇ ਸਨੇਹ ਮਿਲਣ ਦੀ ਉਮੀਦ ਹੈ। ਗਾਇਕੀ ਦੇ ਨਾਲ ਨਾਲ ਉਹਨਾਂ ਦੀ ਐਕਟਿੰਗ ਵਿੱਚ ਵੀ ਪੂਰੀ ਚੜ੍ਹਾਈ ਹੈ। ਹਾਲ ਹੀ ਵਿੱਚ ਰਿਲੀਜ਼ ਹੋਈ ਉਹਨਾਂ ਦੀ ਸੁਪਰ ਡੁਪਰ ਹਿੱਟ ਫਿਲਮ ਜੱਟ ਐਂਡ ਜੂਲੀਅਟ ਦਾ ਜਾਦੂ ਹਲੇ ਵੀ ਦੇਸ਼ਾਂ ਵਿਦੇਸ਼ਾਂ ਦੇ ਨਾਲ ਨਾਲ ਪਾਕਿਸਤਾਨ 'ਚ ਵੀ ਪੂਰਾ ਚੱਲ ਰਿਹਾ ਹੈ। ਇਸ ਫਿਲਮ ਨੇ ਲੈਂਦੇ ਪੰਜਾਬ ਦੇ ਖਤਮ ਹੁੰਦੇ ਜਾ ਰਹੇ ਸਿਨੇਮਾ ਘਰਾਂ ਨੂੰ ਮੁੜ ਜਿਉਂਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਹ ਸੀ ਜਾਣਕਾਰੀ ਦਿਲਜੀਤ ਦੋਸਾਂਝ ਦੇ ਉਹਨਾਂ ਫੈਨਸ ਦੇ ਲਈ ਜਿਹੜੇ ਦੁਬਈ ਦੇ ਵਿੱਚ ਰਹਿੰਦੇ ਹਨ ਤੇ ਜਿਹੜਾ ਉਹਨਾਂ ਦਾ ਲਾਈਵ ਸ਼ੋਅ ਦੇਖਣਾ ਚਾਹੁੰਦੇ ਹਨ। ਜੇਕਰ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਲਾਈਕ ਕਮੈਂਟ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਨਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।